ਫਿਰ ਉਹਨਾਂ ਨੇ ਕੀ ਕੀਤਾ, ਜਾ ਰਹੇ ਆ ਤੇ ਤੀਸਰਾ ਦਿਨ ਵੀ ਨਾ ਗੁਜ਼ਰ ਗਿਆ। ਤੀਸਰੇ ਦਿਨ ਵਾਮ ਜਿਹੜੀ ਨਾ ਰਾਤ ਹੋਈ ਹੈ ਤੇ ਸਮੁੰਦਰ ਫਿਰ ਉਹ ਹੀ ਲਹਿਰਾਂ। ਤਕਰੀਬਨ 2 ਦਿਨ ਪਹਿਲੇ ਸਹੀ ਗੁਜ਼ਰੇ ਨੇ, ਇੱਕ ਦਿਨ ਜਿਹੜਾ ਪਹਿਲੇ ਉਹ ਤੂਫਾਨ ਆਇਆ ਉਹ ਦਿਨ ਸੀ, ਦੂਸਰਾ ਦਿਨ ਵੀ ਸਹੀ ਗੁਜ਼ਰਿਆ, ਤੀਸਰਾ ਦਿਨ ਵੀ ਸਹੀ। ਅੱਗੋ ਤੀਸਰੇ ਦਿਨ ਰਾਤ ਨੂੰ ਨਾ ਜਿਸ ਤਰ੍ਹਾਂ ਰਾਤ ਹੋਈ ਹੈ 12 ਵਜੇ ਤੋਂ ਬਾਅਦ, ਨਾ 11-12 ਵਜੇ ਤੋਂ ਬਾਅਦ ਸ਼ੁਰੂ ਹੋ ਗਿਆ ਤੂਫਾਨ, ਤੇ ਉਹ ਬਹੁਤ ਹੀ ਨਾ ਖਤਰਨਾਕ ਸੀ। ਤੁਸੀਂ ਯਕੀਨ ਕਰੋ, ਐਸੇ ਐਸੇ ਬੰਦੇ ਜਿਨ੍ਹਾਂ ਕਦੀ ਵੀ ਮੇਰੇ ਖਿਆਲ ਨਾਲ ਕਿਸੇ ਅਜ਼ਾਨ ਨਹੀਂ ਕਦੀ ਜ਼ਿੰਦਗੀ 'ਚ ਦਿੱਤੀ ਹੋਣੀ, ਤੇ ਉੱਤੇ ਅਜ਼ਾਨਾਂ ਦੇਣ ਤੇ ਕਲਮੇ ਦਰੂ ਸ਼ਰੀਫ ਬੜਾ ਹੀ ਜ਼ਿਕਰ ਕਰਦੇ ਸਨ। ਤੇ ਇੱਕ ਦਫਾ ਤੇ ਮੈਨੂੰ ਖੁਦ, ਮੈਂ ਡਰ ਗਿਆ ਸਾਂ ਕਿ ਅੱਜ ਨਾ ਜ਼ਿੰਦਗੀ ਜਿਹੜੀ ਉਹ ਇੱਥੇ ਐਂਡ ਏ, ਹੁਣ ਲੱਗਦਾ ਕਿ ਸਾਡਾ ਨਾ ਕੰਮ ਖਤਮ ਏ। ਤੇ ਫਿਰ ਵੀ ਦਿਲ ਨੂੰ ਤਸੱਲੀ ਇਹ ਦੇ ਸੀ ਕਿ ਅੱਲਾ ਸੋਨਾ ਜਿਹੜਾ ਨਾ ਸਾਡੇ ਨਾਲ ਕੋਈ ਨਾ ਕੋਈ ਬਿਹਤਰੀ ਕਰੇਗਾ ਇਨਸ਼ਾਅੱਲਾ। ਸਾਡੇ ਪਿੱਛੇ ਇੰਨੀਆਂ ਦੁਆਵਾਂ ਨੇ, ਆਖਰ 69 ਮੁੰਡੇ ਆ ਅਸੀਂ, ਕਿਸੇ ਨਾ ਕਿਸੇ ਦੀ ਤੇ ਦੁਆ ਲੱਗੇਗੀ ਨਾ, ਜਾਂ ਕਿਸੇ ਦੇ ਪਿੱਛੇ ਕੋਈ ਦੁਆ ਕਰਦਾ ਹੋਵੇਗਾ ਸਾਨੂੰ ਉਹਦੀ ਲੱਗ ਜਾਏਗੀ। ਤੇ ਮਤਲਬ ਸਾਰੇ ਡਰੇ ਹੋਏ ਸਨ, ਸਾਰੇ ਤਕਰੀਬਨ ਜਿਹੜਾ ਨਾ ਕਿਸੇ ਦੇ ਵਿੱਚ ਜਾਨ ਨਹੀਂ ਸੀ ਲੱਗਦੀ, ਜਿੰਦਾ ਸਨ ਪਰ ਨਾ ਹੋਇਆ ਵਰਗੇ, ਇਸ ਤਰ੍ਹਾਂ ਸਾਰੇ ਨਾ ਬਿਲਕੁਲ ਹੀ ਖਤਮ ਹੋਏ ਪਏ ਸਨ। ਤੇ ਉਸ ਤੋਂ ਬਾਅਦ ਹੱਬਸ ਇੰਨੀ ਹੋ ਗਈ ਸੀ ਵਿੱਚ ਕਿ ਇੰਝ ਲੱਗਦਾ ਸੀ ਜਿਵੇਂ ਨਾ ਹੁਣ ਅੱਗੇ ਕੋਈ ਵਾਹ ਨਹੀਂ ਹੈ। ਫਿਰ ਪਾਣੀ ਬਹੁਤ ਜ਼ਿਆਦਾ ਵਾਂ ਪੀ ਰਹੇ ਸੀ, ਪਹਿਲੇ 2 ਦਿਨ ਜਿਹੜਾ ਪਾਣੀ ਜ਼ਾਇਆ ਕਰ ਲਿਆ ਸੀ। ਫਿਰ ਉਸ ਦਿਨ ਜਦੋਂ ਉਹ ਰਾਤ ਜਦੋਂ ਗੁਜ਼ਰੀ ਨਾ, ਉਹਦੇ ਵਿੱਚ ਪਾਣੀ ਵਾਮ ਨੇ ਬਹੁਤ ਜ਼ਿਆਦਾ ਪੀ ਲਿਆ। ਉਹ 3 ਦਿਨ ਉੱਥੇ ਪਾਣੀ ਜਿਹੜਾ ਨਾ ਖਤਮ ਹੋ ਗਿਆ ਸੀ 3 ਦਿਨਾਂ ਤੋਂ ਬਾਅਦ। ਅੱਗੋ 4ਥਾ ਦਿਨ ਸ਼ੁਰੂ ਹੋਇਆ ਤੇ ਸਾਰੇ ਪਾਣੀ, ਯਾਰ ਤੇਰੇ ਕੋਲ ਪਾਣੀ ਨਹੀਂ ਹੈ ਥੋੜ੍ਹਾ, ਹਰ ਕੋਈ ਜੇ ਕਿਸੇ ਕੋਲ ਹੈ ਵੀ ਸੀ ਨਾ ਕੋਈ ਬੋਤਲ, ਤੇ ਉਹ ਵੀ ਕਹਿੰਦਾ ਸੀ ਮੈਂ ਨਹੀਂ ਦੇਣੀ ਹੈ। ਇੱਥੋਂ ਤੱਕ ਜਿਹੜੇ ਸ਼ਿਪ ਵਾਲਿਆਂ ਨੇ ਨਾ ਵਿੱਚ 60 ਤੋਂ 65 ਬੋਤਲਾਂ, 1.5 ਲੀਟਰ ਦੀਆਂ, 2 ਲੀਟਰ ਦੀਆਂ ਬੋਤਲਾਂ ਜਿਹੜੀਆਂ ਨਾ ਉਹ 60-65 ਬੋਤਲ ਵਿੱਚ ਰੱਖੀ ਸੀ ਕਿ ਅਗਰ ਪਾਣੀ ਖਤਮ ਹੋਏ ਤੇ ਉਹ ਪੀ ਲਈ। ਤੇ ਵਿੱਚ ਉਹ ਲੜਕਿਆਂ ਨੇ ਨਾ ਉਹ ਵੀ ਪਾਣੀ ਪੀ ਲਿਆ ਸੀ, ਉਹ ਵੀ ਜ਼ਾਇਆ ਕਰ ਛੱਡਿਆ ਸੀ। ਕੋਈ ਵਿੱਚ ਨਹਾਉਂਦੇ ਵੀ ਰਹੇ ਸਨ, ਮੂੰਹ ਵੀ ਧੋਂਦੇ ਰਹੇ ਨੇ, ਉਹ ਪਾਣੀ ਵੀ ਖਤਮ ਕਰ ਛੱਡਿਆ ਸੀ 2 ਦਿਨ ਤੋਂ ਬਾਅਦ। ਫਿਰ ਉਹ 3 ਦਿਨ ਤੋਂ ਬਾਅਦ ਪਾਣੀ ਖਤਮ ਹੋ ਗਿਆ, 4ਥੇ ਦਿਨ ਸਾਰੇ ਵਾਮ ਪਾਣੀ ਲੱਭੇ, ਪਾਣੀ ਕੋਈ ਵੀ ਨਹੀਂ ਸੀ। ਫਿਰ ਨਾ ਜਿਹੜੇ ਸਨ ਨਾ ਕੈਪਟਨ, ਉਹਨਾਂ ਨੇ ਆਪਣੇ ਪੀਣ ਵਾਸਤੇ ਕੋਈ ਹੋਣੀਆਂ ਨਾ ਕੋਈ 8-10 ਬੋਤਲਾਂ ਹੋਣੀਆਂ ਨੇ, ਤੇ 69 ਮੁੰਡੇ ਸਨ ਤੇ 2 ਬੋਤਲਾਂ ਉਹ 69 ਮੁੰਡਿਆਂ ਦੇ ਵਿੱਚ ਨਾ ਤਕਸੀਮ ਕਰਦੇ ਸਨ। ਮਤਲਬ ਕਿ ਇਸ ਤਰ੍ਹਾਂ ਲਾ ਲਓ ਕਿ ਇੰਝ ਜਿਵੇਂ ਕਬੂਤਰ ਨੂੰ ਡ੍ਰਿਪ ਨਹੀਂ ਦੇਈ ਦੀ, ਉਸ ਤਰ੍ਹਾਂ ਪਾਣੀ ਉਹਨਾਂ ਨੇ ਮੂੰਹ ਤੱਕ ਜਾਣਾ, ਬਸ ਗਲਾ ਜਿਹੜਾ ਨਾ ਉਹ ਥੋੜ੍ਹਾ ਖੁਸ਼ਕ ਉਹ ਠੀਕ ਕਰਨਾ ਤੇ ਪਿੱਛੇ ਕਰ ਲੈਣਾ। ਉਹ 4ਥਾ ਦਿਨ ਨਾ ਇਸ ਤਰ੍ਹਾਂ ਪਾਣੀ ਤਕਸੀਮ ਕਰਦੇ ਰਹੇ ਨੇ। ਤੇ ਉਸ ਤੋਂ ਬਾਅਦ ਫਿਰ ਰਾਤ ਹੋਈ ਹੈ ਤੇ ਸਾਰੇ ਜਿਹੜੇ ਨਾ ਬੇਹੋਸ਼ ਇਸ ਤਰ੍ਹਾਂ ਪਏ ਨੇ। ਤੇ ਰਾਤ ਨੂੰ ਫਿਰ ਜਿਹੜਾ ਨਾ ਸਮੁੰਦਰੀ ਤੂਫਾਨ ਫਿਰ ਹੋ ਗਿਆ, ਅਕਸਰ ਹੀ ਰਾਤ ਨੂੰ ਜ਼ਿਆਦਾਤਰ ਹੁੰਦਾ ਸੀ। ਤੇ ਫਿਰ ਵੱਡੀ ਪਰੇਸ਼ਾਨੀ ਇਹ ਸੀ ਕਿ ਕੈਪਟਨ ਨੂੰ ਪੁੱਛਦੇ ਸਨ ਕਿ ਅਸੀਂ ਯੂਨਾਨ ਵਿੱਚ ਹਾਂ ਜਾਂ ਇੰਟਰਨੈਸ਼ਨਲ ਪਾਣੀ 'ਚ ਹਾਂ, ਕਿੱਥੇ ਸਾਨੂੰ ਕੋਈ ਦੱਸ। ਤੇ ਉਸ ਰਾਤ ਜਦੋਂ ਉਹ ਤੂਫਾਨ ਆਇਆ ਨਾ ਤੇ ਸਾਰੇ ਰੋਲਾ ਪਾਉਣ ਲੱਗ ਗਏ ਨੇ, ਪੁੱਛਣ ਲੱਗ ਗਏ ਨੇਵੀ ਨੂੰ ਕਾਲ ਕਰੋ, ਨੇਵੀ ਨੂੰ ਕਾਲ ਕਰੋ। ਉਹਨੇ ਸਾਨੂੰ ਨੇਵੀ ਨੂੰ ਨਹੀਂ ਕਾਲ ਕਰਨੀ ਹੈ, ਅਸੀਂ ਅਜੇ ਬਹੁਤ ਦੂਰ ਹਾਂ, ਜੇ ਅਗਰ ਨੇਵੀ ਨੂੰ ਕਾਲ ਕੀਤੀ ਸਾਨੂੰ ਯੂਨਾਨ ਵਾਲੇ ਲੈ ਜਾਣਗੇ, ਯੂਨਾਨ ਸਾਨੂੰ ਇੱਥੋਂ ਨਜ਼ਦੀਕ ਆ, ਅਜੇ ਅਸੀਂ ਇੰਟਰਨੈਸ਼ਨਲ ਪਾਣੀ 'ਚ ਨਹੀਂ ਵੜੇ ਹੈ, ਯੂਨਾਨ ਵਾਲੇ ਲੈ ਜਾਣਗੇ ਜਾਂ ਨਾਲ ਮਾਲਟਾ ਮੁਲਕ ਕੇ ਉਹ ਪੈ ਸਕਦੇ ਨੇ, ਉਹ ਵੀ ਲਿਜਾ ਸਕਦੇ ਨੇ। ਤੇ ਕੋਈ ਸਿੱਧੀ ਗੱਲ ਨਹੀਂ ਸੀ ਦੱਸਦਾ ਤੇ ਸਾਰੇ ਨਾ ਪਰੇਸ਼ਾਨ ਹੋ ਗਏ, ਇੱਥੋਂ ਤੱਕ ਕਿ ਰੋਣ ਵੀ ਲੱਗ ਗਏ ਸਨ ਵਿੱਚ ਲੜਕੇ, ਚਾਚੂ ਟੈਪ ਸਨ ਵਿੱਚ, 1-2 ਚਾਚੇ ਵੀ ਸਨ ਵਿਚਾਰੇ, ਉਹ ਬਹੁਤ ਰੋਂਦੇ ਸਨ। ਸਨ ਮੇਰੀ ਇੱਕ ਦਫਾ ਘਰ ਨਾ ਗੱਲ ਕਰਵਾ ਦਵੋ, ਆਂਦੇ ਸਨ ਕਿ ਸਾਡਾ ਹੁਣ ਟਾਈਮ ਆਖਰ ਤੇ ਵੇ, ਹੁਣ ਸਾਡਾ ਕੋਈ ਪਤਾ ਨਹੀਂ ਕਦੋਂ ਮਤਲਬ ਸਾਡੇ ਨਾਲ ਕੀ ਹੋ ਜਾਣਾ, ਮੇਰੇ ਇੱਕ ਦਫਾ ਬੱਚਿਆਂ ਨਾਲ ਮੇਰੀ ਗੱਲ ਕਰਵਾ ਦਵੋ। ਬਹੁਤ ਹੀ ਪਰੇਸ਼ਾਨ ਸੀ, ਕੁਛ ਬਿਮਾਰ ਉਲਟੀਆਂ ਕਰ ਕਰਕੇ, ਕੁਛ ਉਹਦੀ ਐਨਰਜੀ ਜ਼ਾਇਆ ਮਤਲਬ ਬਿਲਕੁਲ ਹੀ ਖਤਮ ਸੀ। ਤੇ ਕੁਛ ਉਹ ਆਂਦਾ ਸੀ ਕਿ ਮੇਰੀ ਘਰ ਗੱਲ ਕਰਵਾ ਦਿਓ ਬੱਚਿਆਂ ਨਾਲ, ਮੈਂ ਉਹਨਾਂ ਨੂੰ ਇੱਕ ਆਖਰੀ ਦਫਾ ਉਹਨਾਂ ਨਾਲ ਗੱਲ ਕਰਨੀ ਹੈ, ਪਰ ਇਸ ਤੋਂ ਬਾਅਦ ਪਤਾ ਨਹੀਂ ਮੈਂ ਬਚਣਾ ਜਾਂ ਨਹੀਂ ਬਚਣਾ। ਤੇ ਉਸ ਤੋਂ ਬਾਅਦ ਉਹ ਫੋਨ ਵੀ ਨਹੀਂ ਸਨ ਦਿੰਦੇ ਕਿਉਂਕਿ ਸਿਮਾਂ ਨਹੀਂ ਸਨ ਚੱਲਦੇ, ਜਿਨ੍ਹਾਂ ਦੋ ਨੂੰ ਦਿੱਤਾ ਸੀ ਉਹਨਾਂ ਨੂੰ ਏਜੰਡਾ ਨੇ ਇੰਨਾ ਕੁ ਪੱਕਾ ਕੀਤਾ ਸੀ ਕਿ ਤੁਸੀਂ ਕਿਸੇ ਦੀ ਗੱਲ ਨਹੀਂ ਕਰਵਾਉਣੀ ਹੈ।
खैर उन्होंने नहीं करवाई है, उन्होंने चाचे नूं मतलब सारे दिलासा देंदे सन कि तुसी ना परेशान ना वो अल्लाह बेहतर ही करेगा। ते उस दिन चौथे रात जड़ी चौथी रात है उस समंदर जदों खराब होया उदों ते खीर हो गई है। इस तरह फजी शिप जड़ा ना पानी दे विच जांदा सी ते यहाँ भिज वड़ जाना पानी दे, फिर चकीना बैक साइड जड़ी ओदी ओ पानी विच लग जानी ते बहुत ही ना खराब उस मतलब वो मंजर याद करके एक दफा ना जिसम कंब जाता कि वो नज़ारे सन। ते उस तो बाद एक जड़ी असी मेन जड़ी एक होर मौत नू अपनी अखा नाल वेख्या, व्हील मछली जड़ी ना असी सुनी दी हुंदी सी कि किन्ने टन एदी एक खुराक है एक टाइम दी। फिर वो असी जदों मछली वेखी असी ना बड़े एक दफा ते बहुत ही ना परेशान हो गए कि हुण ना असी एदी खुराक बनन लगे हाँ, हुण नहीं असी इस तो बाद बचना है। फिर भी सारे अजाना देन कलमे पढ़न दरूद शरीफ पढ़न ते जड़ा ना वो चौथी रात भी इस तरह ना बस गुजर गई, अगो पंजवा दिन हो गया। ते मेन एक चीज सी ना ही सानू कैप्टन दसदा सीधी गल आंदा सी कि नहीं अजे ना कोई पता नहीं है असी केड़ी जगह ते हाँ। फिर वो कैप्टन सानू जेड़े रस्ते लै के गया सी ना उधर दूर दूर तक कोई चीज नहीं सी है, इस तरह ही लगता सी कि जिवें असी हाँ सिर्फ इत्थे होर कोई दुनिया की चीज इस जगह तो नहीं है, वो इंटरनेशनल पानी सी ते सीधी गल भी नहीं सी दसदा। फिर ना वाम उत्ते शिप दे ना उत्ते छत चढ़ गई ते आंदी सानू बाहर कढ़ो, अंदर हबस ही बहुत है ते विचों लोग कमीजा ला के बैठे ने, बीमार ने कई जड़े ते ज्यादा जिन्हें तबीयत खराब जड़े बेहोश हो गए सन, चार पांच लड़के बेहोश हो गए सन, उन्होंने फिर चुक के उन्होंने उत्ते छत ते लिटाया। उन्होंने कैप्टन जड़ा खुद रोन लग गया, कैप्टन खुद रोन लग गया आंदा मेरी तुसी क्यों नहीं मानते हैं इतने खतरा है, इन्नी दूर आके अगर तुसी फड़े जाते जे ते फिर तुसी वापस जाओगे ते थोड़ा सबर कर लवो। फिर ना सारे ने आपस च एक दूसरे को समझाया कि नहीं वो ठीक है, एक इंसान खुद रोन दिया है वो परेशान है, वो भी आखिर घर फैमिली बच्चे ने उनकी भी जान को खतरा है, जो वो इन्ना खतरा लैन दिया अपने ते तुसी भी कुछ अपने आप नू संभालो। फिर ना खैर सारे चुप कर गए ने, वो पंजवा दिन जड़ा ना तकरीबन 11 कि 12 बजे जदों 12 बजे ने ना उदों उन्हें कहा कि हुण तुसी खतरे तो बाहर जो हुण असी इटली दे पानी विच आ ते हुण तुसी परेशान नहीं होना, ते तुसी ना फिर उन्होंने सानू मोबाइल दे दिते ने। फिर सानू यकीन होया कि नहीं वाकई ना असी इटली दे गल पानी है गल है वैसे इटली दे पानी विच आ गए हाँ, सानू ना मोबाइल दिते ने। सारे मुंडे जदों मोबाइल दिते ना सारे ठीक, सारे दे एक बार जिसम च जान आ गई ते सारे हसन खेडन लग गए, सेल्फियां बना वीडियो मैं फिर वीडियो बनाइया, उन मेरा हाल बहुत बुरा सी तुसी वीडियो तैन मैं दितिया ने वो वेख्या जे उहदे विच बड़ा है ना बुरा हाल होया सी। ते उस तो बाद फिर छत दे उत्ते सारे बह गए ने ते वेख रहे ने ते खुश हो रहे ने कि जड़ा ना असी इटली आ गए हैं। ते तकरीबन ना एक दिन पहले उस जिन्हों मोबाइल दिता सी ना सानू नहीं पता उन्हें वीडियो बना ली सी, टोटल शिप वाले ना उन्हें अंदर दे जिन्हें भी मुंडे सन सारे दी उन्हें वीडियो बना ली, सारे ते अपने होश को नहीं सी डिगे पे सन, उन्हें वीडियो बना के ते एजेंट नू सेंड कर दी सी अच्छा ते एजेंट ने पिछों गरंटियां भी चुक लिया सन एक दिन पहले ही, अच्छा गरंटियां चुक लिया ते असी ना असी क्या के चलो हम पहुंचांगे ना उतरांगे ते घर कॉल करांगे के इन्हों ना पैसे दे दवो असी पहुंच गए इटली। ते तकरीबन 12-1 बजे तक जो असी उत्थे नेड़े हो थोड़े ते एक ना अगे सानू सामने नज़र आन दिया कि एक ना जजीरा आ रहा है नज़र, ते छोटा जिन्ना नज़र आ रहा कि जिस तरह ना ला लो कि एक छोटा जा घर है मतलब दरख्त नज़र आ रहे ने सब्जा टैप, असी क्या कि जजीरा आ गया पता नहीं है हुण इत्थे सानू ला के किधर जाएगा। उन्हें अगे सुनीदा सी कि कैप्टन जड़े ने ना वो भज जाते ने जिस तरह ही मुंडिया नूं उत्थे उतार के ना ते शिप लै के दौड़ जाते ने, ते वो कैप्टन आंदा कि मैं दौड़न दी मेरी सलाह है सी पर तुसां सानू मैनू बहुत परेशान कीता ते हुण मैं दौड़ना नहीं है, हुण मैं तुहाडे नाल ही उहनां नूं फड़ाई देनी है ते मतलब मैं कुछ दिनों बाद फिर टुर जावांगा।
ਤੇ ਅਸੀਂ ਕਿਹਾ ਚਲੋ ਤੇਰੀ ਇਹੀ ਮਿਹਰਬਾਨੀ ਹੈ। ਉਹਨੇ ਫਿਰ ਸਾਨੂੰ ਨਾ ਸਾਰਿਆਂ ਨੂੰ ਸਮਝਾਇਆ, ਉਹਨੇ ਕਿਹਾ ਮੈਂ ਮਤਲਬ ਤੁਹਾਨੂੰ ਇੱਥੋਂ ਤੱਕ ਲੈ ਕੇ ਆਵਾਂ, ਇੱਕ ਮੇਰੇ 'ਤੇ ਤੁਸੀਂ ਮਿਹਰਬਾਨੀ ਇਹ ਕਰਨੀ ਹੈ ਕਿ ਅਗਰ ਤੁਹਾਨੂੰ ਉਹ ਪੁੱਛਣ ਕਿ ਕੈਪਟਨ ਕਿੱਥੇ, ਤੇ ਤੁਸੀਂ ਇਹ ਕਹਿਣਾ ਕਿ ਉਹ ਜਿਹੜਾ ਨਾ ਦੌੜ ਗਿਆ ਹੈ, ਮੇਰਾ ਨਹੀਂ ਦੱਸਣਾ ਹੈ ਕਿਉਂਕਿ ਮੇਰੀ ਫਿਰ ਮੈਨੂੰ ਇੱਥੇ ਕੈਦ ਹੋ ਸਕਦੀ ਹੈ, ਪਤਾ ਨਹੀਂ ਉਹ ਮੇਰੇ ਨਾਲ ਕੀ ਕਰਨ। ਉਹ ਸਨ ਦੋ ਕੈਪਟਨ ਨਾ, ਦੋ ਜਣੇ ਸਨ, ਇੱਕ ਕੈਪਟਨ ਸੀ ਇੱਕ ਉਹਦਾ ਸ਼ਾਗਿਰਦ ਸੀ, ਤੇ ਬਹੁਤ ਹੀ ਨਾ ਅੱਛਾ ਸੀ, ਮਤਲਬ ਹਰ ਇੱਕ ਨਾਲ ਉਹਨੇ ਸਹੀ ਧਾਵਨ ਕੀਤਾ, ਕਿਸੇ ਨਾਲ ਬਦਤਮੀਜ਼ੀ ਨਹੀਂ ਕੀਤੀ, ਨਹੀਂ ਤੇ ਅਕਸਰ ਹੀ ਜਿਹੜਾ ਨਾ ਇੱਥੋਂ ਤੱਕ ਵੀ ਜਾਂਦੇ ਨੇ ਕੁੱਟਦੇ ਵੀ ਹੁੰਦੇ ਨੇ ਨਾ, ਨਾ ਚੁੱਪ ਕਰਨ ਮੁੰਡੇ ਕੁੱਟਦੇ ਵੀ ਨੇ, ਗਾਲਾਂ ਵੀ ਕੱਢਦੇ ਨੇ, ਪਰ ਉਹ ਵਿਚਾਰਾ ਨਾ ਹਰ ਇੱਕ ਦੇ ਅੱਗੇ ਹੱਥ ਜੋੜਦਾ ਸੀ ਕਿ ਤੁਸੀਂ ਪਰੇਸ਼ਾਨ ਨਾ ਮੈਨੂੰ ਕਰੋ, ਨਾ ਹੀ ਆਪ ਹੋਵੋ, ਸਾਰਿਆਂ ਨੂੰ ਦਿਲਾਸਾ ਦਿੰਦਾ ਸੀ। ਤੇ ਫਿਰ ਜਜ਼ੀਰੇ ਦੇ ਨਜ਼ਦੀਕ ਜਦੋਂ ਅਸੀਂ ਤਕਰੀਬਨ 4 ਵੱਜ ਗਏ ਸਨ, ਅਸੀਂ ਹੋਰ ਨਜ਼ਦੀਕ ਹੋ ਗਏ ਹਾਂ, ਤੇ ਸਾਰੇ ਕਹਿਣ ਕਾਲ ਕਰੋ ਨੇਵੀ ਨੂੰ, ਕਹਿੰਦੇ ਨਹੀਂ ਕਾਲ ਨਹੀਂ ਕਰਨੀ ਹੈ, ਤੇ ਮੈਂ ਨਾ ਜਜ਼ੀਰੇ ਦੇ ਨਾਲ ਲਾ ਕੇ ਨਾ ਸ਼ਿਪ, ਤੇ ਆਪ ਹੀ ਉੱਥੇ ਤੁਹਾਨੂੰ ਉਤਾਰ ਕੇ, ਜੇ ਮਤਲਬ ਹੋ ਸਕਦਾ ਹੈ ਜੇ ਮੈਂ ਦੌੜ ਸਕਿਆ ਤੇ ਦੌੜ ਜਾਵਾਂਗਾ, ਨਹੀਂ ਤੇ ਕੋਸ਼ਿਸ਼ ਕਰਾਂਗੇ ਦੌੜਨ ਦੀ। ਤੇ ਖੈਰ ਕੋਈ ਵੀ ਨਹੀਂ ਦੌੜ ਸਕੇ, ਉਹ ਤਕਰੀਬਨ ਅਸਰ ਦਾ ਟਾਈਮ ਹੋ ਗਿਆ ਸੀ। ਜਿਸ ਤਰ੍ਹਾਂ ਹੀ ਅਸੀਂ ਥੋੜ੍ਹਾ ਨਜ਼ਦੀਕ ਗਏ ਹਾਂ ਤੇ ਅੱਗੋਂ ਇਟਲੀ ਵਾਲਾ ਵੱਡਾ ਉਹ ਸਪੀਡ ਬੋਰਡ ਆਉਂਦਾ ਹੀ ਹੈ, ਇੰਨੀ ਉਹਦੀ ਆਵਾਜ਼ ਇੰਜ ਸਪੀਡ ਟੋ ਸਪੀਡ ਆਈ ਹੈ, ਅੱਛਾ ਜੀ। ਉਹਨੇ ਆ ਕੇ ਨਾ ਇੰਜ ਚਾਰ ਫਿਰ ਉਹਨੇ ਇੱਕ ਦਫ਼ਾ ਘੁੰਮੀ, ਉਹਨੇ ਘੇਰਾ ਪਾਇਆ, ਤੇ ਉਨੀ ਦੇਰ ਨੂੰ ਜਿਹੜਾ ਕੈਪਟਨ ਸੀ ਦੋ ਜਣੇ ਉਹਨਾਂ ਨੇ ਆਪਣੇ ਕੱਪੜੇ ਚੇਂਜ ਕਰ ਕਰਕੇ ਆਪਣੇ ਜਿਹੜਾ ਲੈਪਟਾਪ ਤੇ ਜਿਹਦੇ ਤੇ ਲੋਕੇਸ਼ਨ ਲਾਈ ਸੀ ਉਹਨਾਂ ਨੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਉਸ ਤੋਂ ਬਾਅਦ ਜਿਹੜਾ ਵੀ ਫੋਨ ਸੀ ਸਮੁੰਦਰ ਦੇ ਵਿੱਚ ਸੁੱਟ ਕੇ ਉਹਨਾਂ ਨੇ ਆਪਣੀ ਹਰ ਸਬੂਤ ਜਿਹੜਾ ਨਾ ਉਹ ਜ਼ਾਇਆ ਕਰਕੇ ਤੇ ਸਾਡੇ ਮੁੰਡਿਆਂ ਦੇ ਨਾਲ ਨਾ ਵਿੱਚ ਬਹਿ ਗਿਆ ਤੇ ਸ਼ਿਪ ਨੂੰ ਛੱਡ ਦਿੱਤਾ, ਬੰਦ ਕਰ ਦਿੱਤਾ। ਤੇ ਉਹ ਆਏ ਨੇ, ਉਹਨਾਂ ਨੇ ਨਾ ਪਹਿਲਾਂ ਪੁੱਛਣ ਦੇ ਨੇ ਕੈਪਟਨ, ਪਹਿਲੇ ਉਹਨਾਂ ਨੇ ਚਾਰ ਚੁਫੇਰੇ ਘੁੰਮ ਕੇ ਉਹਨਾਂ ਨੇ ਵੇਖਿਆ ਕਿ ਇਹ ਚਲਾ ਕੇ ਨੂੰ ਕੌਣ ਲੈ ਕੇ ਆਇਆ। ਉਹ ਸਟੇਰਿੰਗ ਦੇ ਕੋਲ ਕੋਈ ਮੁੰਡਾ ਨਹੀਂ ਸੀ, ਹੈ ਕੋਈ ਵੀ ਨਹੀਂ ਸੀ। ਉਹਨਾਂ ਨੇ ਫਿਰ ਨਾ ਸ਼ਿਪ ਤੇ ਸਾਕਨ ਹੋ ਗਿਆ, ਖਲੋ ਗਿਆ, ਉੱਚੀ ਬੋਲ। ਸ਼ਿਪ ਖਲੋ ਗਿਆ, ਤੇ ਉਸ ਤੋਂ ਬਾਅਦ ਫਿਰ ਉਹ ਆਏ ਨੇ ਤਕਰੀਬਨ ਦੋ ਦੋ ਤੋਂ ਤਿੰਨ ਉਹਨਾਂ ਦੇ ਮੁਲਾਜ਼ਮ ਸਨ, ਉਹਨਾਂ ਨੇ ਨਾਲ ਉਹ ਸਪੀਡ ਬੋਰਡ ਨਾਲ ਲਾ ਕੇ ਨਾ, ਤੇ ਉਹਦੇ ਉੱਤੇ ਇੱਕ ਜਣਾ ਚੜਿਆ, ਉਹਨੇ ਉਹ ਸ਼ਿਪ ਨੂੰ ਨਾ ਚਲਾ ਕੇ ਤੇ ਕਿਨਾਰੇ ਤੇ ਲੈ ਕੇ ਗਿਆ। ਉੱਥੇ ਫਿਰ ਉਹਨਾਂ ਨੇ ਸਾਨੂੰ ਉਹਦੇ ਉਤਾਰਿਆ ਨਹੀਂ ਹੈ, ਫਿਰ ਉਹਨਾਂ ਦੀਆਂ ਫਿਰ ਅਫਸਰ ਆਏ ਨੇ, ਫਿਰ ਪਤਾ ਨਹੀਂ ਪੁਲਿਸ ਆਈ, ਪਤਾ ਨਹੀਂ ਕਿਹੜੀਆਂ ਕਿਹੜੀਆਂ 5-6 ਗੱਡੀਆਂ ਉਹਨਾਂ ਦੀਆਂ ਆਈਆਂ ਨੇ, ਤੇ ਸਾਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਾਨੂੰ ਨਾ ਪਿੱਛੇ ਨੂੰ ਘੱਲਣ ਲੱਗੇ ਨੇ, ਅੱਛਾ ਜੀ। ਜਿਹੜੇ ਉਤਾਰਨ ਨਹੀਂ ਨਾ ਦੇ, ਅਸਰ ਤੋਂ ਲੱਗ ਕੇ ਮਗਰਬ ਦਾ ਟਾਈਮ ਹੋ ਗਿਆ, ਸਾਨੂੰ ਸ਼ਿਪ ਦੇ ਵਿੱਚ ਉਤਾਰਨ ਹੀ ਨਾ, ਤੇ ਸਾਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਸਾਨੂੰ ਨਾ ਵਾਪਸ ਮੋੜਨ ਲੱਗੇ ਨੇ, ਤੇ ਦਿਲ ਨਾ ਨਾ ਡਰੇ ਤੇ ਥੋੜ੍ਹੀ ਥੋੜ੍ਹੀ ਖੁਸ਼ੀ ਵੀ ਤੇ ਡਰੇ ਵੀ ਕਿਹਾ ਨਾ ਹੋਵੇ ਕਿ ਸਾਨੂੰ ਵਾਪਸ ਮੋੜ ਦੇਣ। ਤੇ ਉਸ ਤੋਂ ਬਾਅਦ ਫਿਰ ਨਾ ਉਹਨਾਂ ਨੇ ਸਾਰੀ ਸ਼ਿਪ ਜਿਹੜੀ ਨਾ ਸਾਰੀ ਚੈੱਕ ਕੀਤੀ ਹੈ, ਸਾਰੇ ਅੰਦਰੋਂ ਚੈੱਕ ਕਰਕੇ ਫਿਰ ਉਹਨਾਂ ਨੇ ਸਾਨੂੰ ਇੱਕ ਇੱਕ ਨੂੰ ਕਰਕੇ ਨਾ ਬਾਹਰ ਕੱਢਿਆ, ਤੇ ਵਿੱਚੋਂ 5-6 ਲੜਕੇ ਜਿਹੜੇ ਨਾ ਉਤਰਦਿਆਂ ਸਾਰ ਹੀ ਨਾ ਲੇਟ ਗਏ ਨੇ, ਅੰਜ ਕਈ ਵਿੱਚੋਂ ਡਰਾਮਾ ਕਰ ਗਏ, ਤੇ ਕਈ ਵਾਕਈ ਜਿਹਨਾਂ ਤਬੀਅਤ ਖਰਾਬ ਸੀ ਉਹ ਲੇਟ ਗਏ ਨੇ। ਤੇ ਉਸ ਤੋਂ ਬਾਅਦ ਨਾ ਜਿਵੇਂ ਅਸੀਂ ਬਾਹਰ ਪੈਰ ਰੱਖਿਆ ਨਾ, ਇੰਜ ਜ਼ਮੀਨ ਉਹਨਾਂ ਤੇ ਪੈਰ ਰੱਖਿਆ ਤੇ ਜ਼ਮੀਨ ਸਾਨੂੰ ਇੰਜ ਨਾ ਹਿਲਦੀ ਨਜ਼ਰ ਆ, ਹਿਲਦੀ ਜਿਵੇਂ ਅਸੀਂ ਸਾਡਾ ਪੈਰ ਨਹੀਂ ਸੀ ਜ਼ਮੀਨ ਤੇ ਲੱਗਦਾ, ਇੰਜ ਹਿਲਦੇ ਸਾਂ। ਤੇ ਖੈਰ ਨਾ ਥੋੜ੍ਹਾ ਜਿਹਾ ਚੱਲ ਕੇ ਨਾ ਨਾਲ ਜਾ ਕੇ ਨਾ ਸਾਰੇ ਬਹਿ ਗਏ ਨੇ, ਕਿਸੇ ਕੋਲ ਖਲੋਤੇ ਹੀ ਨਹੀਂ ਸੀ ਜਾਂਦਾ, ਜਿਵੇਂ ਪਾਣੀ ਦੇ ਹਾਲਾਤ ਸਨ ਨਾ ਇੰਜ, ਉਹ 5 ਦਿਨ ਸਾਡੇ ਨਾਲ ਜੋ ਬੀਤੀ ਸੀ ਉਹ ਹੀ ਸਾਡੇ ਵਿੱਚ ਜਿਵੇਂ ਨਾ ਇੱਕ ਵਾਈਬ੍ਰੇਸ਼ਨ ਹੋ ਗਈ ਸੀ। ਤੇ ਉਤਰੇ ਆ ਤੇ ਉਤਰਦਿਆਂ ਸਾਰ ਨਾਲ ਪਿਆਸ ਬੜੀ ਲੱਗੀ ਸੀ, ਉਹਨਾਂ ਨੇ ਉੱਥੇ ਪਾਣੀ ਵਾਲੇ ਕ੍ਰੇਟ ਲਿਆ ਕੇ ਨਾ ਰੱਖੇ ਸਨ ਪਹਿਲੇ ਹੀ, ਡਾਲੇ ਵਗੈਰਾ ਹਾਫ ਲੀਟਰ ਦੇ, ਸਾਰੇ ਮੁੰਡੇ ਗਏ ਨੇ ਤੇ ਜਾ ਕੇ ਪਾਣੀ ਨੂੰ ਪੈ ਗਏ ਨੇ, ਇੱਕ ਇੱਕ ਬੋਤਲ ਫੜ ਕੇ ਉਹ ਪੀਤੀ ਤੇ ਖੁਸ਼ ਨਾ ਸਕੂਨ ਹੋਇਆ। ਉਦੋਂ ਸਾਨੂੰ ਨਾ ਉਹ ਜਿਹੜਾ ਪਾਣੀ ਸਾਨੂੰ ਮਿਲਿਆ ਉਦੋਂ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਜਿਵੇਂ ਅਸੀਂ ਆਬੇ ਜ਼ਮਜ਼ਮ ਪੀ ਲਈਏ, ਬੜਾ ਨਾ ਅਜੀਬ ਫੀਲ ਹੋਇਆ ਉਦੋਂ, ਤੇ ਬੜੀ ਖੁਸ਼ੀ ਹੋਈ ਕਿ ਪਾਣੀ ਸਾਨੂੰ ਮਿਲਿਆ, ਮਿੱਠਾ ਪਾਣੀ। ਪਾਣੀ ਮਿੱਠਾ ਲੱਗਦਾ ਸੀ, ਸਾਦਾ ਸੀ ਫਿਰ ਵੀ ਮਿੱਠਾ ਲੱਗਦਾ ਸੀ ਕਿਉਂਕਿ 2 ਦਿਨ ਬਾਅਦ ਪਾਣੀ ਮਿਲਿਆ ਸੀ, ਤੇ ਕੁਛ ਨਾ ਜਿਸਮ 'ਚ ਜਾਨ ਆਈ। ਫਿਰ ਨਾ ਉਹ ਆਏ ਨੇ, ਉਹਨਾਂ ਨੇ ਸਾਰਿਆਂ ਦੇ ਨਾ ਮੇਰੇ ਖਿਆਲ ਨਾਲ ਨਾਂ ਲਿਖੇ ਨਾ ਉਰੇ, ਨਹੀਂ ਨਾਂ ਨਹੀਂ ਲਿਖੇ, ਉਹਨਾਂ ਨੇ ਨਾ ਸਾਨੂੰ ਫਰੂਟ ਦਿੱਤਾ, ਫਿਰ ਛੋਟੇ ਡਿਸਪੋਜ਼ੇਬਲ ਗਲਾਸ ਨੇ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਫਰੂਟ ਕੱਟਿਆ ਸੀ, ਤੇ ਉਹਨਾਂ ਨੇ ਉਹ ਦਿੱਤਾ ਉਹ ਸਾਰਿਆਂ ਨੂੰ, ਇੱਕ ਇੱਕ ਬੋਤਲ ਤੇ ਇੱਕ ਇੱਕ ਫਰੂਟ ਦਿੱਤਾ ਉਹਨਾਂ ਨੇ, ਕਿਹਾ ਖਾਓ, ਖਾ ਕੇ
ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੂੰ ਪੁੱਛਿਆ, ਮੇਰੇ ਖਿਆਲ ਨਾਂ ਵਗੈਰਾ ਪੁੱਛਿਆ, ਮੈਨੂੰ ਹੁਣ ਕੁਛ ਯਾਦ ਵੀ ਨਹੀਂ ਆਇਆ। ਉਦੋਂ ਹੋਸ਼ ਹੀ ਮਾਰੀ ਗਈ ਸੀ, ਸੋਚ ਹੀ ਪਤਾ ਨਹੀਂ ਕਿੱਧਰ ਗੁੰਮ ਹੋ ਗਈ ਸੀ। ਤੇ ਸਾਨੂੰ ਕੁਛ ਦੇਰ ਬਾਅਦ, ਫਿਰ ਤਕਰੀਬਨ 2 ਘੰਟੇ ਬਾਅਦ ਨਾ, 10, 8, 10 ਕੁ ਵਜੇ ਦਾ ਟਾਈਮ ਹੋਣਾ, ਫਿਰ ਉਹਨਾਂ ਨੇ ਸਾਨੂੰ ਬਿਠਾਇਆ। ਇੱਕ ਨਾ ਵੱਡੀ ਬੱਸ ਆਈ ਹੈ, ਅੱਛਾ, ਵੱਡੀ ਬੱਸ ਆਈ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਲੋਡ ਕੀਤਾ। ਤੇ ਇੱਕ ਨਾ ਅਦਾਰਾ ਬਣਿਆ ਸੀ ਕੈਂਪ ਟੈਪ, ਉਹਦੇ ਵਿੱਚ ਲੈ ਗਏ ਨੇ ਸਾਡੀ। ਉਹਨਾਂ ਸਾਰਿਆਂ ਦੀ ਤਲਾਸ਼ੀ ਲਈ ਉਹਨਾਂ ਨੇ, ਸਾਰਿਆਂ ਕੋਲੋਂ ਉਹਨਾਂ ਨੇ ਨਾ ਮੋਬਾਈਲ ਹੀ ਲਏ ਨੇ ਮੋਬਾਈਲ। ਉਸ ਤੋਂ ਬਾਅਦ ਜੋ ਵੀ ਕੋਈ ਚੀਜ਼ ਉਹਨਾਂ ਨਾ ਹੀ ਸੀ ਨਾ, ਮਤਲਬ ਉਹਨਾਂ ਨੂੰ ਜਿਹਦੇ ਤੋਂ ਖਤਰਾ ਸੀ, ਉਹ ਚੀਜ਼ਾਂ ਉਹਨਾਂ ਨੇ ਸਾਡੇ ਕੋਲ ਫੜ ਲਈਆਂ ਨੇ। ਤੇ ਉਹਨਾਂ ਨੇ ਸਾਨੂੰ ਉਹਦੇ ਉੱਥੇ ਅੰਦਰ ਵਾੜੀ ਗਏ ਨੇ ਕੈਂਪ ਦੇ ਵਿੱਚ, ਮਤਲਬ ਅਦਾਰਾ ਸੀ ਉਹਦੇ ਵਿੱਚ ਉਹਨਾਂ ਨੇ ਘਲਾਇਆ। ਤੇ ਅੰਦਰ ਪਿਆ ਪਾਣੀ, ਪਿਆ ਦੁੱਧ, ਪਿਆ ਉਸ ਤੋਂ ਬਾਅਦ ਬਿਸਕਿਟ ਵਗੈਰਾ। ਤੇ ਉਹਨਾਂ ਨੇ ਨਾ ਦੱਸਿਆ ਕਿ ਇਹ ਨਾ ਜਿਹਨੂੰ ਜਿਹਨੂੰ ਮਤਲਬ ਭੁੱਖ ਵਗੈਰਾ ਲੱਗੀ, ਪਿਆਸ, ਪਾਣੀ ਜੋ ਵੀ ਪੀਣਾ ਨਾ, ਇਹ ਪਿਆ ਤੁਸੀਂ ਪੀ ਲਵੋ। ਤੇ ਸਾਰਿਆਂ ਨੇ, ਰਾਤ ਸੀ, ਉਹ ਬਿਸਕੁਟ ਖਾਧੇ ਨੇ, ਪਾਣੀ ਜਾਂ ਦੁੱਧ ਸ਼ੁੱਧ ਜੋ ਵੀ ਉਹ ਪੀਤਾ। ਤੇ ਉੱਥੇ ਉਹਨਾਂ ਨੇ ਚਾਰ ਪਾਈਆਂ ਰੱਖੀਆਂ ਸਨ, ਉਹ ਸਾਰਿਆਂ ਨੇ ਆਪਣੀ ਆਪਣੀ ਚਾਰ ਪਾਈ ਲਈ ਤੇ ਸੌਂ ਗਏ ਨੇ ਸਾਰੇ ਹੀ। ਉਸ ਤੋਂ ਬਾਅਦ ਸੁਬਹ ਨੂੰ ਉੱਠੇ ਨੇ, ਉਹਨਾਂ ਸਾਰਿਆਂ ਦੇ ਨਾ ਉਹਨਾਂ ਨੇ ਕਰੋਨਾ ਟੈਸਟ ਕੀਤੇ ਨੇ। ਉਹ ਨੱਕ ਵਿੱਚ ਉਹ ਪਤਾ ਮਾਰਦੇ ਸਟਿੱਕ ਵਗੈਰਾ, ਉਹ ਮਾਰ ਕੇ ਉਹਨਾਂ ਨੇ ਸਾਰਿਆਂ ਦੇ ਕਰੋਨਾ ਟੈਸਟ ਕਰਕੇ। ਤੇ ਉਹਨਾਂ ਨੇ ਉਹਨਾਂ ਕਿਹਾ ਸਾਰੇ ਤੁਸੀਂ ਨਾ ਇੱਕ ਦਫ਼ਾ ਨਹਾ ਲਵੋ। ਸਾਰੇ ਗਏ ਨੇ, ਉਹਨਾਂ ਨੇ ਨਹਾਤੇ ਨਹੁਤੇ ਨੇ, ਨਹਾ ਕੇ ਤੇ ਸਾਰੇ ਧੁੱਪੇ ਬਹਿ ਕੇ ਨੇ, ਇੱਕ ਦਫ਼ਾ ਫਰੈਸ਼ ਹੋਏ ਨੇ। ਜ਼ਮੀਨ ਉਹ ਅਗਲੇ ਦਿਨ ਵੀ ਜ਼ਮੀਨ ਜਿਹੜੀ ਨਾ ਉਹ ਇਸ ਤਰ੍ਹਾਂ ਕੰਬ ਰਹੀ, ਹਜੇ ਤੱਕ ਆਪਣੀ ਜਗ੍ਹਾ 'ਤੇ ਨਹੀਂ ਆਉਂਦੇ। ਫਿਰ ਜਿਸ ਤਰ੍ਹਾਂ ਟੈਸਟ ਹੋ ਗਏ ਨੇ ਤਕਰੀਬਨ 11-12 ਵਜੇ ਨਾਲ, ਫਿਰ ਉਹੀ ਬੱਸ ਫਿਰ ਵੱਡੀ ਫਿਰ ਆ ਗਈ। ਉਹਨਾਂ ਨੇ ਫਿਰ ਸਾਨੂੰ ਉਹਦੇ 'ਚ ਬਿਠਾਇਆ, ਕਰੰਤੀਨਾ ਕੈਂਪ ਲੈ ਗਏ ਨੇ। ਸਾਨੂੰ ਇਹ ਸੀ ਕਿ ਕਿਤੇ ਓਪਨ ਕੈਂਪ ਛੱਡ ਕੇ ਆਉਣਗੇ, ਪਰ ਨਹੀਂ, ਉਹ ਕਰੰਤੀਨਾ ਕੈਂਪ ਲੈ ਕੇ ਗਏ ਨੇ। ਉੱਥੇ ਜਾ ਕੇ ਉਹਨਾਂ ਨੇ ਫਿਰ ਨਾ ਸਾਡੇ ਫਿਰ ਜਾ ਕੇ ਗਿਣਤੀ ਕੀਤੀ ਸਾਰਿਆਂ ਦੀ, ਕਿੰਨੇ ਲੜਕੇ ਨੇ। ਫਿਰ 69 ਲੜਕੇ ਅਸੀਂ ਸਾਨੂੰ, 2 ਕੈਪਟਨ, 72 ਹੋ ਗਏ ਤੇ 71 ਹੋ ਗਏ। ਤੇ ਸਾਰਿਆਂ ਨੂੰ ਉਹਨਾਂ ਨੇ ਬਿਠਾਇਆ, ਸਾਰਿਆਂ ਨੂੰ ਉਹਨਾਂ ਦਾ ਪਤਾ ਨਹੀਂ ਲੱਗਾ ਕਿ ਕੈਪਟਨ ਨਹੀਂ ਹੈ ਕੌਣ, ਨਹੀਂ ਪਤਾ ਲੱਗਾ। ਪੁੱਛਦੇ ਸਨ ਪਰ ਅਸੀਂ ਸਾਰੇ ਆਉਂਦੇ ਸਾਂ ਕਿ ਉਹ ਦੌੜ ਗਏ ਨੇ। ਤੇ ਉਸ ਤੋਂ ਬਾਅਦ ਨਾ ਉੱਥੇ ਕਰੰਤੀਨਾ ਕੈਂਪ ਵਿੱਚ ਉਹਨਾਂ ਨੇ ਬਿਠਾਇਆ, ਸਾਰਿਆਂ ਦੇ ਨਾਂ ਲਿਖੇ ਨੇ। ਉਸ ਤੋਂ ਬਾਅਦ ਨਾਂ ਲਿਖਣ ਤੋਂ ਬਾਅਦ ਉਹ ਖਾਣਾ ਸ਼ਾਣਾ ਉਹਨਾਂ ਨੇ ਦਿੱਤਾ। ਪਹਿਲੇ ਦਿਨ ਤਾਂ ਸਾਨੂੰ ਉਹਨਾਂ ਨੇ ਜਿਹੜਾ ਖਾਣਾ ਦਿੱਤਾ ਨਾ, ਸਾਨੂੰ ਐਸੀ ਜਿਵੇਂ ਹਰਾਮ ਹੈ, ਕੋਈ ਸੂਰ ਵਗੈਰਾ ਕੋਈ ਕੱਟਿਆ, ਤੇ ਸਾਨੂੰ ਦਿਲ ਨਹੀਂ ਸੀ ਕਰਦਾ ਖਾਣ 'ਤੇ। ਤੇ ਵਿੱਚੋਂ ਕੋਈ ਕੋਈ ਨਾ ਉਹ ਫਲ ਖਾ ਲੈਂਦੇ ਸਨ, ਕੇਲਾ, ਸੇਬ, ਉਹ ਖਾ ਲੈਂਦੇ ਸਨ ਜਾਂ ਪਾਣੀ ਪੀ ਲੈਂਦੇ ਸਨ। ਇੱਕ ਉਹਨਾਂ ਨੂੰ ਨਾ ਟਿੱਕੀ ਦਿੱਤੀ ਸੀ, ਉਹ ਕੀਮਾ ਟੈਪ ਹੋ ਕੇ ਦੀ, ਜਿਵੇਂ ਉਹ ਬੇਸਣ ਲੱਗਾ, ਚਪਲੀ ਕਬਾਬ ਨਹੀਂ ਜਿਵੇਂ ਬਣੇ ਹੁੰਦੇ, ਬੇਸਣ ਲੱਗਾ, ਹਾਂ ਇਸ ਤਰ੍ਹਾਂ ਉਹ ਦਿੰਦੇ ਸਨ। ਉਹ ਖਾਣ ਨੂੰ ਦਿਲ ਹੀ ਨਹੀਂ ਸੀ ਕਰਦਾ, ਮੱਛੀ ਦੀ ਟਿੱਕੀ ਹੁੰਦੀ ਹੁੰਦੀ ਮੱਛੀ ਦੀ, ਪਰ ਸਾਨੂੰ ਉਦੋਂ ਆਇਆ ਸੀ ਕਿ ਹਰਾਮ ਹੋ ਰਹੇ, ਤੇ ਕਿਸੇ ਦਾ ਦਿਲ ਹੀ ਨਹੀਂ ਸੀ ਕਰਦਾ ਖਾਣ ਨੂੰ। ਉਂਝ ਹੀ ਉਹਨਾਂ ਨੇ ਪਾ ਕੇ ਨਾ ਛਾਪਲ ਦੇ ਵਿੱਚ ਰੱਖ ਦਿੱਤੀ। ਫਿਰ ਉਹਨਾਂ ਨੇ ਇੱਕ ਇੱਕ ਜਿਹੜੇ ਬੱਚੇ ਸਨ ਨਾ ਵਿੱਚ, ਬੱਚੇ ਵੀ ਸਨ ਵਿੱਚ ਕਾਫੀ, ਜਿਨ੍ਹਾਂ ਦੀ ਉਮਰਾਂ 18 ਸਾਲ ਤੋਂ ਘੱਟ ਸਨ, ਉਹਨਾਂ ਨੂੰ ਉਹਨਾਂ ਲਹਿਦਾ ਕਰ ਦਿੱਤਾ, ਤੇ ਵੱਡਿਆਂ ਨੂੰ ਲਹਿਦਾ ਕਰ ਦਿੱਤਾ। ਵਿੱਚ ਐਸੇ ਵੀ ਖੋਤੇ ਜਿਹੜੇ ਨਾ, ਜਿਨ੍ਹਾਂ ਦੀ ਉਮਰਾਂ ਜ਼ਿਆਦਾ ਸਨ, ਉਹ ਵੀ ਬੱਚੇ ਬਣ ਗਏ। ਬਸ ਸ਼ਨਾਖਤੀ ਕਾਰਡ ਜਿਨ੍ਹਾਂ ਦੇ ਨਹੀਂ ਸਨ ਜਾਂ ਪਾਸਪੋਰਟ ਨਹੀਂ ਸਨ ਬਣੇ। ਤੇ ਉਸ ਤੋਂ ਬਾਅਦ ਨਾ ਮੇਰੀ ਵੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜਾ ਨਾ ਲੱਗ ਉਮਰ 16-17 ਸਾਲ ਹੈ, ਹਾਂ। ਤੇ ਖੈਰ ਮੈਂ ਆਖਿਆ ਮੇਰਾ ਪਾਸਪੋਰਟ ਸ਼ਨਾਖਤੀ ਕਾਰਡ ਬਣਿਆ ਨਾ ਹੋਵੇ, ਕੱਲ੍ਹ ਨੂੰ ਪੇਪਰਾਂ ਦਾ ਮਸਲਾ ਬਣ ਜੇ, ਇਹ ਜਿਹੜੇ ਬਾਈ ਇੱਧਰ ਆਉਣ ਨਾ ਡੰਕੀ 'ਤੇ ਆਉਣ, ਜਾਂ ਉਹਨਾਂ ਵਾਸਤੇ ਇੱਕ ਮਾਲੂਮਾਤ ਹੈ ਕਿ ਉਮਰ ਆਪਣੀ ਸਹੀ ਲਿਖਵਾਉਣ, ਨਾਂ ਆਪਣਾ ਸਹੀ ਠੀਕ ਲਿਖਵਾਉਣ। ਕਈ ਐਸੇ ਵੀ ਮੁੰਡੇ ਨੇ ਜਿਹੜਾ ਨਾਂ ਵੀ ਚੇਂਜ ਕੀਤੇ ਨੇ, ਆਪਣੀ ਉਮਰਾਂ ਵੀ ਚੇਂਜ ਕੀਤੀਆਂ ਨੇ, ਅਤੇ ਉਹਨਾਂ ਨੂੰ ਅੱਗੋਂ ਮਸਲਾ ਬਣੇਗਾ ਜਦੋਂ ਮਤਲਬ ਪੇਪਰਾਂ ਦਾ ਹੋਏਗਾ, ਪ੍ਰੋਸੀਜਰ ਸ਼ੁਰੂ ਹੋਏਗਾ। ਫਿਰ ਨਾ ਉਹਨਾਂ ਨੇ ਸਾਡੇ ਫਿੰਗਰ ਸਾਰਿਆਂ ਦੇ ਕਰਵਾਏ ਨੇ, ਇਹ ਪੰਜਾਂ ਦੇ ਨਾ, 5-10 ਉਂਗਲੀਆਂ ਦੇ, ਫਿਰ ਉਹਨਾਂ ਨੇ ਸਾਡੇ ਫਿੰਗਰ ਕਰਵਾਏ ਨੇ। ਅਤੇ ਤਸਵੀਰਾਂ ਖਿੱਚੀਆਂ ਨੇ ਉਹਨਾਂ ਨੇ ਸਾਡੀਆਂ, ਇੱਕ ਸਾਹਮਣੇ ਫਰੰਟ ਤੋਂ, ਫਿਰ ਇੱਕ ਸਾਈਡ ਤੋਂ ਤਸਵੀਰ ਖਿੱਚੀ। ਫਿਰ ਉਹਨਾਂ ਸਾਨੂੰ ਨਾ ਉੱਥੇ 4 ਲੜਕਿਆਂ ਨੂੰ ਇੱਕ ਇੱਕ ਕੈਂਪ ਉਹਨਾਂ ਨੇ ਦਿੱਤਾ, ਜਿਸ ਤਰ੍ਹਾਂ ਇੱਕ ਰੂਮ ਬਣਿਆ ਹੁੰਦਾ, ਇਸ ਤਰ੍ਹਾਂ ਉਹ ਪਲਾਸਟਿਕ ਦੇ ਉਹ ਰੂਮ ਬਣੇ ਸਨ, ਖੇਮੇ ਉਹਨਾਂ ਦੇ ਵਿੱਚ, ਉਹ ਖੇਮੇ ਦਿੱਤੇ ਨੇ। ਮਤਲਬ ਜੋ ਵੀ ਸਾਡੀ ਜ਼ਰੂਰਤ ਚੀਜ਼, ਤੌਲੀਆ, ਸਾਬਣ, ਸ਼ੈਂਪੂ ਵਗੈਰਾ ਜੋ ਵੀ ਚੀਜ਼ ਸੀ ਉਹ ਦਿੱਤੀ ਉੱਥੇ। ਫਿਰ ਨਾ ਉਹਨਾਂ ਨੇ ਇੱਕ ਦਿਨ ਰਹੇ ਹਾਂ, ਦੂਸਰੇ ਦਿਨ ਸਾਡੇ ਟੈਸਟ ਆ ਗਏ ਨੇ, ਜਿਹੜੇ ਕਰੋਨਾ ਟੈਸਟ ਹੋਏ ਸਨ ਨਾ,
ਉਹਨਾਂ ਦੇ ਵਿੱਚੋਂ ਹਰ ਰੂਮ ਦੇ ਵਿੱਚੋਂ ਨਾ ਇੱਕ ਇੱਕ ਲੜਕੇ ਨੂੰ ਉਹਨਾਂ ਨੇ ਕੱਢਿਆ। ਤਿੰਨ ਤਿੰਨ ਲੜਕੀਆਂ ਨੂੰ ਨਾ ਉਹਨਾਂ ਨੇ ਕਰੋਨਾ 'ਚ, ਕਰੋਨਾ ਨੈਗੇਟਿਵ ਸੀ, ਇੱਕ ਜਿਹੜਾ ਉਹਨਾਂ ਦਾ ਕਰੋਨਾ ਪਾਜ਼ਿਟਿਵ ਸੀ। ਜਿਹੜੇ ਜਿਹੜੇ ਕਰੋਨਾ ਪਾਜ਼ਿਟਿਵ ਆਏ ਨੇ ਉਹਨਾਂ ਨੇ ਨਾ ਉਹਨਾਂ ਨੂੰ ਲਹਿਦਾ, ਇੱਕ ਲਹਿਦਾ ਸਾਈਡ 'ਤੇ ਨਾ ਉਹ ਖੈਮੇ ਬਣੇ ਸਨ, ਉੱਥੇ ਸ਼ਿਫਟ ਕਰ ਦਿੱਤਾ ਚਾਰ ਚਾਰਾਂ ਨੂੰ। ਅਤੇ ਜਿਹੜੇ ਪਿੱਛੇ ਅਸੀਂ ਤਿੰਨ ਤਿੰਨ ਰਹਿ ਗਏ ਸਨ, ਉਹਨਾਂ ਨੂੰ ਉਹਨਾਂ ਨੇ ਇੱਕ ਇੱਕ ਹੋਰ ਉਹਨਾਂ ਦੇ ਵਿੱਚ ਹੋਰ ਰੱਖ ਕੇ ਚਾਰ ਚਾਰ ਫੇਰ ਕਰ ਦਿੱਤੇ। ਮਤਲਬ ਚਾਰ ਚਾਰ ਬੰਦਿਆਂ ਦਾ ਉਹ ਇੱਕ ਇੱਕ ਖੈਮਾ ਸੀ। ਉਸ ਤੋਂ ਬਾਅਦ ਉਹ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਨਾ ਦੋ ਨੰਬਰੀ ਕੋਈ ਕੀਤੀ ਸਾਡੇ ਨਾਲ, ਸਾਨੂੰ ਕਰੋਨਾ ਨਹੀਂ ਆ ਕਿਸੇ ਨੂੰ ਵੀ, ਅਤੇ ਇਹਨਾਂ ਨੇ ਜਾਣ ਬੁੱਝ ਗੇਮ ਕੇ ਖੇਡ ਰਹੇ ਗੇਮ ਹਨ। ਖੇਡ ਰਹੇ ਨੇ। ਅਤੇ ਉਹ ਲੱਗਦਾ ਵੀ ਇਸ ਤਰ੍ਹਾਂ ਸੀ ਜਿਵੇਂ ਗੇਮ ਖੇਡਦੇ ਨੇ ਪਏ, ਕਿਉਂਕਿ ਬਾਅਦ ਦਫ਼ਾ ਐਸੇ ਵੀ ਸਨ ਕਿ ਜਿਨ੍ਹਾਂ ਨੂੰ ਬੁਖਾਰ ਸੀ, ਨਜ਼ਲਾ ਵਗੈਰਾ ਸੀ, ਉਹਨਾਂ ਦਾ ਸ਼ੱਕ ਇਹ ਵੀ ਸੀ ਕਿ ਹੋ ਸਕਦਾ ਕਰੋਨਾ ਹੋਵੇ ਵੀ, ਬਹਰਹਾਲ ਪੱਕਾ ਨਹੀਂ ਸੀ ਕਿਸੇ ਨੂੰ ਵੀ ਪਤਾ ਹੈ। ਮਤਲਬ ਇਹਤਿਆਤ ਉਹ ਕਰਦੇ ਰਹੇ। ਹਾਂ, ਅਹਿਤਿਆਤ ਸਾਡੀ ਕੀਤੀ ਉਹਨਾਂ ਨੇ, ਬੜੀ ਸਾਡੀ ਕੇਅਰ ਕਰਦੇ ਸਨ। ਉਸ ਤੋਂ ਬਾਅਦ ਕੋਈ ਵੀ ਮਸਲਾ ਆਉਣਾ, ਇੱਥੋਂ ਤੱਕ ਸਿਰ ਦਰਦ ਵੀ ਹੋਣੀ, ਉਹਨਾਂ ਨੇ ਦੱਸਿਆ, ਉਹਨਾਂ ਨੇ ਦੱਸੀ ਸਾਨੂੰ ਨਾ ਕੋਈ ਦਵਾਈ ਦੇ ਗੋਲੀ ਕੇ ਦੇ ਜਾਣ, ਦੇ। ਦਵਾਈ ਦੇ ਕੇ ਜਾਣ। ਉਸ ਤੋਂ ਬਾਅਦ ਫਿਰ ਤੁਸੀਂ ਸਾਡੇ ਪ੍ਰੋਜੈਕਟ ਤੇ ਟ੍ਰਾਂਸਫਰ ਹੋ ਗਏ। ਉਸ ਤੋਂ ਬਾਅਦ ਤੁਹਾਨੂੰ ਦੱਸ ਰਹਾ ਨਾ, ਫਿਰ ਉਹ ਟੈਸਟ ਗੁਜ਼ਰਿਆ, ਫਿਰ 10 ਦਿਨ ਬਾਅਦ ਉਹਨਾਂ ਕਿਹਾ ਤੁਹਾਡਾ ਫਿਰ ਟੈਸਟ ਹੋਣਾ। ਅੱਛਾ। ਉਹਦੇ ਵਿੱਚ ਜਿਹੜੇ ਨਾ ਚਵਲ ਵੱਜੀ ਸੀ, ਲੱਗਦਾ ਸੀ ਕਿ ਵਾਕਈ ਇਹਦੇ ਨਾਲ ਸਾਡੇ ਨਾਲ ਦੋ ਨੰਬਰੀ ਕੀਤੀ ਹੈ। 10 ਦਿਨ ਬਾਅਦ ਫਿਰ ਟੈਸਟ ਹੋਇਆ, ਅਤੇ 11ਵੇਂ ਦਿਨ ਉਹਨਾਂ ਨੇ ਕੀ ਕੀਤਾ ਸਾਨੂੰ ਨਾ, ਉਹਨਾਂ ਨੇ ਜਿਨ੍ਹਾਂ ਦੇ ਸਨ ਨਾ ਨੈਗੇਟਿਵ, ਉਹਨਾਂ ਨੂੰ ਰੈੱਡ ਸ਼ਰਟਾਂ ਦੇ ਦਿੱਤੀਆਂ ਨੇ, ਅਤੇ ਜਿਨ੍ਹਾਂ ਦੇ ਪਾਜ਼ਿਟਿਵ ਸਨ ਉਹਨਾਂ ਨੂੰ ਸਬਜ਼ ਨਹੀਂ ਦਿੱਤੀਆਂ, ਇਹ ਜਿਨ੍ਹਾਂ ਦੇ ਪਾਜ਼ਿਟਿਵ ਸਨ ਉਹਨਾਂ ਨੂੰ ਰੈੱਡ ਦਿੱਤੀਆਂ, ਜਿਨ੍ਹਾਂ ਦੇ ਨੈਗੇਟਿਵ ਸਨ ਉਹਨਾਂ ਨੂੰ ਸਬਜ਼ ਸ਼ਰਟਾਂ ਦੇ ਦਿੱਤੀਆਂ। ਇੱਕ ਮੈਂ ਸ਼ਾਇਦ ਪਾਈ ਵੀ ਸੀ, ਪਤਾ ਜਿੱਦਾਂ ਨਵਾਂ ਨਵਾਂ ਤੁਹਾਡੇ ਆਇਆ ਵਾਂ, ਉੱਥੇ ਉਹ ਮੈਂ ਪਾਈ ਵੀ ਸ਼ਰਟ, ਅਤੇ ਪਾਉਂਦੇ ਸਨ ਕਿ ਆਪਣੇ ਆਪਣੇ ਨਾ ਰੂਮਾਂ ਵਿੱਚ ਟੁਰ ਜਾਓ। ਅਤੇ ਉਹ ਜਿਹੜੀ ਕੈਂਪ ਦੀ ਉਹ ਸੀ ਨਾ ਇੰਚਾਰਜ ਸੀ, ਉਹ ਹੈ ਤੇ ਮਲੰਗਨੀ ਟੈਪ ਸੀ, ਲੱਗਦੀ ਇਸ ਤਰ੍ਹਾਂ ਸੀ ਕਿ ਜਿਵੇਂ ਕੋਈ ਕੰਮ ਸ਼ਾਮ ਇੱਥੇ ਕਰਦੀ, ਪਰ ਉਹਨਾਂ ਦੀ ਜਿਹੜੀ ਨਾ ਉਹ ਮੇਨ ਹੈੱਡ ਸੀ, ਉਹ ਬੌਸ। ਬੌਸ ਸੀ, ਤੇ ਜਿਹਨੂੰ ਆਉਂਦੇ ਨੇ ਕਾਪੋ, ਕਾਪੋ ਸੀ। ਤੇ ਉਸ ਤੋਂ ਬਾਅਦ ਨਾ ਅਸੀਂ ਜਿਸ ਤਰ੍ਹਾਂ ਹੀ ਉਹ ਸ਼ਰਟਾਂ ਪਾਈਆਂ ਨੇ, ਅਸੀਂ ਕਿਹਾ ਇਹ ਨਾ ਸਾਰੀ ਬਗੈਰਤੀ ਹੈ, ਤੇ ਇੱਥੋਂ ਨਾ ਨਿਕਲੀਏ ਕਿਸੇ ਤਰ੍ਹਾਂ, ਕਰੰਟੀਨਾ ਕੋਈ ਚੱਕਰ ਨਹੀਂ, ਐਵੇਂ ਸਾਡਾ ਇੱਥੇ ਟਾਈਮ ਜ਼ਾਇਆ ਕਰਨ ਦੇ ਨੇ, ਅਸੀਂ ਨਹੀਂ ਇੱਥੇ ਰਹਿਣਾ ਹੈ। ਸਾਡੇ ਵਿੱਚੋਂ ਇੱਕ ਇੱਕ ਲੜਕੇ ਨੂੰ ਉਹਨਾਂ ਨੇ ਕੱਢ ਦਿੱਤਾ, ਤੇ ਅਸੀਂ ਪਿੱਛੇ ਰਹਿ ਗਏ ਤਿੰਨ ਤਿੰਨ। ਸਾਡੇ ਸਾਹਮਣੇ ਸਰਗੋਧਿਆ ਦੇ ਨੋਮੀ, ਉਸ ਤੋਂ ਬਾਅਦ ਚਾਚਾ ਸੀ ਇੱਕ ਆਦਲ, ਉਸ ਤੋਂ ਬਾਅਦ ਐਸਨ ਸੀ ਮੁੰਡਾ ਇੱਕ, ਤੇ ਇੱਕ ਹੋਰ ਸੀ ਜ਼ਾਹਦ, ਚਾਰ ਉਹ ਸਨ। ਤੇ ਤਕਰੀਬਨ ਅਸੀਂ ਸਾਂ ਚਾਰ ਸਾਡੇ ਰੂਮ 'ਚ ਸਨ, ਚਾਰ ਉੱਧਰ ਸਨ। ਉਹਨਾਂ ਵਿੱਚੋਂ ਚਾਚੇ ਆਦਲ ਦਾ ਨਿਕਲਿਆ ਸੀ ਉਹ ਕਰੋਨਾ ਪਾਜ਼ਿਟਿਵ, ਤੇ ਸਾਡੇ ਵਿੱਚੋਂ ਭਾਈ ਵਿਕਾਸ ਗੋਂਦਲ ਸੀ, ਉਹਨਾਂ ਦਾ ਨਿਕਲਿਆ ਸੀ। ਅਸੀਂ ਦੂਸਰੇ ਤਿੰਨਾਂ ਤਿੰਨਾਂ ਨੇ ਅਸੀਂ ਸਲਾਹ ਕੀਤੀ ਕਿ ਅਸੀਂ ਨਹੀਂ ਇੱਥੇ ਰਹਿਣਾ, ਅਸੀਂ ਦੌੜ ਜਾਣਾ ਆਪਸ 'ਚ ਨਾ। ਸਾਰਿਆਂ ਨੇ ਸਲਾਹ ਕੀਤੀ ਸੀ ਕਿ ਜੇ ਇਸ ਟੈਸਟ ਵਿੱਚ ਸਾਡੇ ਨਾਲ ਕੋਈ ਦੋ ਨੰਬਰੀ ਕੀਤੀ ਨਾ, ਤੇ ਅਸੀਂ ਇੱਥੇ ਨਹੀਂ ਰਹਿਣਾ ਹੈ। ਅੱਛਾ। ਉਹਦੀ ਨਾ ਉਹਨਾਂ ਨੇ ਉਹ ਕੈਂਪ ਦੀ ਨਾ ਉਹਨਾਂ ਚਾਰੋਂ ਚੁਫੇਰੇ ਨਾ ਦੀਵਾਰ ਤਾਰ ਦੀ ਕੀਤੀ ਹੋਈ ਸੀ, ਜਿਸ ਤਰ੍ਹਾਂ ਕਿ ਲਾ ਲਓ ਕਿ ਜਿਵੇਂ ਆਮ ਦੀਵਾਰ ਕੋਈ 6 ਕੁ ਫੁੱਟ ਦੀ ਹੋਣੀ ਹੈ। ਤੇ ਅਸੀਂ ਨਾ ਪਹਿਲੇ ਇੱਕ ਜਿਵੇਂ ਹੀ ਉਹਨਾਂ ਨੇ ਸਾਨੂੰ ਟੈਸਟ ਸਾਡੇ ਦੱਸੇ ਨਾ ਨੈਗੇਟਿਵ ਜਾਂ ਪਾਜ਼ਿਟਿਵ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਤੁਹਾਡੇ 10 ਦਿਨ ਤੁਸੀਂ ਹੋਰ ਰਹਿਣਾ, ਕਿਉਂਕਿ ਤੁਹਾਡੇ ਵਿੱਚ ਜਿਹੜਾ ਇੱਕ ਲੜਕਾ ਸੀ ਨਾ ਉਹਨੂੰ ਪਾਜ਼ਿਟਿਵ ਆਇਆ, ਤੇ ਨੈਗੇਟਿਵ ਵਾਲਿਆਂ ਵੀ 10 ਦਿਨ ਹੋਰ ਰਹਿਣਾ ਹੀ ਰਹਿਣਾ। ਅਸੀਂ ਕਿਹਾ ਅਸੀਂ ਤੇ ਐਵੇਂ ਫਜ਼ੂਲ ਇੱਥੇ 10 ਦਿਨ ਹੋਰ ਗੁਜ਼ਾਰਨੇ ਨੇ, 10 ਦਿਨ ਅੱਗੇ ਹੋ ਗਏ ਨੇ, ਤੇ ਟਾਈਮ ਜ਼ਾਇਆ ਕਰਨ ਦੇ ਨੇ। ਅਸੀਂ ਆਪਣੀਆਂ ਜਿਸ ਤਰ੍ਹਾਂ ਹੀ ਉਹ ਸ਼ਰਟਾਂ ਲਈਆਂ ਨੇ, ਮੈਂ ਆਪਣੀ ਜੈਕਟ ਲਈ ਹੈ, ਚਾਦਰ ਲਈ ਹੈ, ਦੂਸਰਾ ਸਮਾਨ ਉੱਥੇ ਹੀ ਸੁੱਟਿਆ। ਮੈਂ ਕਿਹਾ ਆਪੇ ਜਿੱਥੇ ਅੱਗੇ ਜਾਵਾਂਗੇ ਅੱਲਾ ਹੋਰ ਦੇਗਾ, ਤੇ ਚੱਲੀਏ। ਅਸੀਂ 6 ਲੜਕਿਆਂ ਨੇ ਆਪਣੀ ਤਿਆਰੀ ਕੀਤੀ ਤੇ ਨੱਸ ਗਏ ਹਾਂ। ਤੇ ਜਿਹੜੇ ਸਾਨੂੰ ਵੇਖਣ ਵਾਲੇ ਨਾ ਵਿੱਚ ਐਸੇ ਲੜਕੇ ਜਿਵੇਂ ਅਸੀਂ ਕੋਈ ਕਤਲ ਕਰਕੇ ਨੱਸਣ ਦੇ, ਉਹ ਅੰਦਰ ਵੜ ਜਾਓ ਖੈਮੇ ਵਿੱਚ ਵੜ ਜਾਓ, ਇਹ ਨਾ ਹੋਵੇ ਕਿਤੇ ਤੁਹਾਡੇ ਦੇ ਨਾ ਕੋਈ ਐਕਸ਼ਨ ਹੋ ਜਾਏ। ਅੱਛਾ। ਤੇ ਅਸੀਂ ਨਾ ਕੰਨਾਂ ਟੱਪੀਆਂ ਤੇ ਦੌੜ ਗਏ ਹਾਂ, ਤੇ ਘੰਟਾ 2 ਘੰਟੇ ਨਾਲ ਅਸੀਂ ਦੌੜਦੇ ਰਹੇ ਹਾਂ। ਇੱਕ ਸਾਈਡ ਦੇ ਨਾਲ ਲੀਚੀ ਸ਼ਹਿਰ ਹੈ, ਉੱਧਰ ਨੂੰ ਅਸੀਂ ਦੌੜ ਗਏ ਹਾਂ। ਤੇ ਸਾਨੂੰ ਇਹ ਸਾਡੇ ਪਿੱਛੇ ਪੁਲਿਸ ਜਿਹੜੀ ਨਾ ਉਹ ਚੜ੍ਹੀ ਹੋਣੀ, ਲੱਭਦੀ ਹੋਣੀ ਹੈ। ਤੇ ਅਸੀਂ ਦੌੜੇ ਜਾਂਦੇ, ਕਿਸੇ ਨੂੰ ਨਹੀਂ ਵੇਖਣ ਨਹੀਂ ਦੇ, ਜਿੱਥੇ ਲਾਈਟ ਚੱਲਣੀ ਨਾ ਉੱਥੇ ਅਸੀਂ ਲੰਮੇ ਪੈ ਜਾਣਾ, ਤੇ ਕੰਡੇ ਵੱਜ ਵੱਜ ਕੇ ਨਾ ਸਾਰੇ ਪੈਰ ਵੀ ਜ਼ਖਮੀ, ਲੱਤਾਂ ਵੀ, ਤੇ ਬੁਰਾ ਹਾਲ। ਤੇ ਵਿੱਚੋਂ ਐਸੇ ਐਸੇ ਕੋਈ ਇੱਕ ਦੋ ਜ਼ਾਹਦ ਜਾਂ ਇੱਕ ਹੋਰ ਸੀ ਲੜਕਾ, ਉਹਨਾਂ ਨੇ ਜਦੋਂ ਕਿਤੇ ਜਗ੍ਹਾ ਤੇ ਕੋਈ
ਔਰ ਨੀਵੀਂ ਜਗ੍ਹਾ ਉੱਚੀ ਨੀਵੀਂ ਹੋਣੀ ਉੱਥੇ ਟੁੱਡਾ ਲੈ ਕੇ ਡਿੱਗਣਾ ਤੇ ਇਹ ਚੀਜ਼ਾਂ ਵੀ ਛਿੱਲੀਆਂ ਗਈਆਂ ਤੇ ਬੜਾ ਜਿਹੜਾ ਨਾ ਪਰ ਸਾਡਾ ਦਿਲ ਐ ਸੀ ਕਿ ਅਸੀਂ ਇੱਥੋਂ ਨਿਕਲੀਏ ਕਿਸੇ ਤਰ੍ਹਾਂ ਅਸੀਂ ਕਰੰਤੀਨਾ 'ਚ ਨਹੀਂ ਰਹਿਣਾ ਇੱਥੇ ਪਤਾ ਨਹੀਂ ਕਿੰਨੀ ਦੇਰ ਰੱਖ ਛੱਡਦੇ ਨੇ ਕਰੰਤੀਨਾ 'ਚ ਜਿਵੇਂ ਪਾਕਿਸਤਾਨ ਆਉਂਦੇ ਨੇ ਕਿ 3-3 ਮਹੀਨੇ ਹੀ ਨਹੀਂ ਛੱਡਦੇ ਆ ਅਸੀਂ ਸਾਨੂੰ ਵੀ ਉਹ ਹੀ ਡਰ ਸੀ ਖੈਰ ਨਾ ਅਸੀਂ ਰਾਤ ਤੋਂ ਸਾਰੀ ਦੌੜਦੇ ਰਹੇ ਹਾਂ 4 ਘੰਟੇ ਅਸੀਂ ਦੌੜੇ ਹਾਂ ਤੇ ਇੱਕ ਨਾ ਅੱਗੇ ਲੀਚੀ ਸ਼ਹਿਰ ਹੈ ਉੱਥੇ ਅਸੀਂ ਟੁਰ ਗਏ ਹਾਂ ਉੱਥੇ ਨਾ ਇੱਕ ਦੋਸਤ ਸੀ ਚਵਲ ਸੀ ਉਹ ਪਹਿਲੀ ਉਹ ਸਾਨੂੰ ਆਂਦਾ ਸੀ ਮੇਰੇ ਇੱਥੇ 2-3 ਭਰਾ ਨੇ ਤੇ ਤਿੰਨਾਂ ਕੋਲ ਟੈਕਸੀਆਂ ਨੇ ਤੇ ਜਿਵੇਂ ਹੀ ਅਸੀਂ ਬਾਹਰ ਨਿਕਲਣਾ ਮੈਂ ਕਾਲ ਕਰਨੀ ਤੇ ਟੈਕਸੀ ਦੱਸੀ ਆ ਜਾਣੀ ਤੇ ਅਸੀਂ ਕਿਹਾ ਕਰ ਵੀ ਕਾਲ ਆਪਣੇ ਭਰਾਵਾਂ ਨੂੰ ਫੋਨ ਕਰ ਟੈਕਸੀ ਤੇ ਆਵੇ ਤੇ ਰਾਤ ਉੱਥੇ ਸਾਨੂੰ ਆਇਆ ਸੀ ਕਿ ਸਾਡਾ ਇੱਥੇ ਹੈ ਕੋਈ ਵੀ ਨਹੀਂ ਤੇ ਰਾਤ ਬਾਹਰ ਸੋਣਾ ਪੈਣਾ ਮੇਰੇ ਕੋਲ ਵੀ ਚਾਦਰ ਜੈਕਟ ਵਗੈਰਾ ਹੈ ਸੀ ਦੂਸਰਿਆਂ ਦੇ ਕੋਲ ਵੀ ਜੈਕਟ ਹੈ ਸਨ ਤੇ ਜਾ ਕੇ ਨਾ ਫਿਰ ਉਹਨੇ ਕਾਲ ਕੀਤੀ ਉਹਦੇ ਭਰਾ ਨੇ ਨਾ ਇੱਕ ਉਸ ਲੀਚੀ ਸ਼ਹਿਰ ਵਿੱਚ ਇੱਕ ਬੰਦਾ ਸੀ ਕੋਈ ਪਾਕਿਸਤਾਨੀ ਅੱਛਾ ਸੀ ਸਾਡੀ ਉਹਨੇ ਬੜੀ ਫੇਵਰ ਕੀਤੀ ਉਹਨੂੰ ਕਾਲ ਕੀਤੀ ਹੈ ਕਿ ਇਸ ਤਰ੍ਹਾਂ ਮੁੰਡੇ ਆਏ ਨੇ ਉਹਨਾਂ ਨੂੰ ਨਾ ਸੰਭਾਲ ਉਹਨਾਂ ਦਾ ਪੁੱਛ ਦੱਸ ਕੀ ਕਰਨਾ ਉਹਨਾਂ ਨਾਲ ਫਿਰ ਨਾ ਉਹਨੇ ਕਿਹਾ ਉਹਨੇ ਕਿਉਂਕਿ ਕਿਹਾ ਉਹਨੂੰ ਕਿ ਮੈਂ 6 ਨੂੰ ਨਹੀਂ ਸੰਭਾਲ ਸਕਦਾ ਮੈਂ ਸਿਰਫ 1 ਨੂੰ ਤੇਰੇ ਭਰਾ ਨੂੰ ਸਿਰਫ ਆਪਣੇ ਰਹਿਸ਼ ਵਿੱਚ ਲੈ ਕੇ ਜਾਵਾਂਗਾ ਉਹ ਜਦੋਂ ਉਹਨੇ ਇਹ ਕਿਹਾ ਕਿ 1 ਨੂੰ ਲੈ ਕੇ ਜਾਵਾਂਗਾ ਉਹਦੇ ਭਰਾ ਨੂੰ ਫੋਨ ਕੀਤਾ ਉਹਨੇ ਉਹਦੇ ਭਰਾ ਨੇ ਅੱਗੋਂ ਫਿਰ ਸਾਨੂੰ ਕਾਲ ਕੀਤੀ ਮਤਲਬ ਸਾਨੂੰ ਸਾਡੇ ਕੋਲ ਮੋਬਾਈਲ ਨਹੀਂ ਸੀ ਹੈ ਫਿਰ ਜਦੋਂ ਅਸੀਂ ਦੁਬਾਰਾ ਫਿਰ ਕਾਲ ਕੀਤੀ ਨਾ ਕਾਲ ਵੀ ਅਸੀਂ ਕਿਸੇ ਇਟਾਲੀਅਨ ਕੋਲੋਂ ਉਹਨੂੰ ਕਰਨ ਦੇ ਸਾਂ ਫਿਰ ਦੁਬਾਰਾ ਇਟਾਲੀਅਨ ਨੂੰ ਕੋਲੋਂ ਕਾਲ ਕਰਵਾਈ ਤੇ ਉਹ ਆਂਦਾ ਤੈਨੂੰ ਨਾ ਸਿਰਫ 1 ਨੂੰ ਉਹਨਾਂ ਉਹਨੇ ਲੈ ਕੇ ਜਾਣਾ ਆਪਣੀ ਰਿਹਾਇਸ਼ ਦੂਜੇ 5 ਨੂੰ ਕੋ ਆਪਣਾ ਸਮ ਆਪ ਕਰੇ ਜਦੋਂ ਉਹਨੇ ਇਹ ਗੱਲ ਕਹੀ ਨਾ ਉਦੋਂ ਸਾਡੇ ਇੱਕ ਦਫ਼ਾ ਸਾਰਿਆਂ ਦੇ ਰੰਗ ਉੱਡ ਗਏ ਤੇ ਸੁਣਿਆ ਪ੍ਰਦੇਸ਼ ਚੇਂਜ ਹੀ ਹੁੰਦਾ ਹੈ ਤੇ ਉਦੋਂ ਪਤਾ ਲੱਗਾ ਕਿ ਬਾਕੀ ਕਿਉਂਕਿ ਪ੍ਰਦੇਸ਼ ਵਿੱਚ ਇੱਕ ਬੰਦਾ 1 ਨੂੰ ਬੜੀ ਮੁਸ਼ਕਲ ਮੈਨੇਜ ਕਰਦਾ ਤੇ ਤੁਸੀਂ ਤਾਂ ਫਿਰ ਵੀ 5 100 ਇਕੱਠੇ 6 ਸਾਂ ਤੋ ਬਾਕੀ ਚਲੇ ਜੀ ਇਹ ਥੀ ਸਨੀ ਕੀ ਸਟੋਰੀ ਔਰ ਬਹੁਤ ਮਜ਼ੇਦਾਰ ਔਰ ਦਿਲਚਸਪ ਇੱਕ ਇੰਟਰਸਟਿੰਗ ਸਟੋਰੀ ਹਮ ਸੁਣ ਰਹੇ ਥੇ ਤੋ ਇਸਕਾ ਅੱਜ ਇਖਤਤਾਮ ਹੋ ਗਿਆ ਉਸਕੇ ਬਾਅਦ ਇਹ ਟ੍ਰਾਂਸਫਰ ਹੋ ਗਿਆ ਹਮਾਰੇ ਕੈਂਪ ਮੇ ਤੋ 4 ਲੜਕੇ ਵਹਾਂ ਸੇ ਆਏ ਥੇ ਤੋ ਇਨਸ਼ਾਅੱਲਾ ਬਾਕੀ ਜੋ ਹੈ ਨਾ ਵੋ ਉਨਕੀ ਵੀ ਸਟੋਰੀ ਕੋਸ਼ਿਸ਼ ਕਰੂੰਗਾ ਮੈਂ ਰਿਕਾਰਡ ਕਰਨੇ ਕੀ ਤੋ ਬਾਕੀ ਜੋ ਜੋ ਦੋਸਤ ਵੀ ਦੇਖ ਰਹੇ ਹੈ ਜਿਨ੍ਹਾਂ ਨੇ ਹਮਾਰੀ ਸਟੋਰੀ ਕੋ ਇੰਜੋਏ ਕੀਆ ਔਰ ਜਿਨ੍ਹਾਂ ਨੇ ਚੈਨਲ ਕੋ ਨਯਾ ਸਬਸਕ੍ਰਾਈਬ ਕੀਆ ਆਪ ਸਭ ਕਾ ਬਹੁਤ ਸ਼ੁਕਰੀਆ ਥੈਂਕ ਯੂ ਔਰ ਕਮੈਂਟਸ ਮੇ ਆਪਨੇ ਜ਼ਰੂਰ ਬਤਾਨਾ ਹੈ ਕਿ ਸਨੀ ਕੀ ਸਟੋਰੀ ਸਾਰੀ ਆਪਕੋ ਕੈਸੀ ਲਗੀ ਤੋ ਇਹ ਸਾਰੀ ਜੋ ਹੈ ਵੋ ਇਨਸ਼ਾਅੱਲਾ ਆਪਕੇ ਲਈ ਬਣਾਈ ਹੈ ਔਰ ਮਿਲੇਂਗੇ ਨੈਕਸਟ ਇੱਕ ਔਰ ਨਈ ਇੰਟਰਸਟਿੰਗ ਐਪੀਸੋਡ ਮੇ ਕਿ ਸਨੀ ਕੋ ਮੈਂ ਕਾਮ ਪੇ ਜੋ ਹੈ ਵੋ ਅਲਹਮਦੁਲਿਲਾ ਅਭੀ ਲੈ ਕੇ ਜਾ ਰਹਾ ਹੂੰ ਤੋ ਫਿਰ ਕਾਮ ਕੀ ਵੀਡੀਓਜ਼ ਵੀ ਬਣਾਏਂਗੇ ਵੋ ਵੀ ਆਪਕੇ ਸਾਥ ਸ਼ੇਅਰ ਕਰੇਂਗੇ ਤੋ ਤਬ ਤੱਕ ਲਈ ਹਮੇਂ ਦੇ ਇਜਾਜ਼ਤ ਤਬ ਤੱਕ ਆਪ ਕੋਈ ਬਾਤ ਕਰਨਾ ਚਾਹੇ ਤੋ ਕਰੇਂ ਜੀ ਬਾਤ ਕਿਆ ਕਰਨੀ ਤੋ ਠੀਕ ਹੈ ਜੀ ਮਿਲੇਂਗੇ ਨਈ ਵੀਡੀਓ ਮੇ ਤਬ ਤੱਕ ਅੱਲਾ ਹਾਫਿਜ਼